एक पासे फाजिलका दे सरहदी पिंडां दे लोक हड़ां दी मार चल रहे हन अते दूजे पासे लोक प्रशासन दे हुक्मां ते घंटियां बद्दी लगाए जा रहे बिजली दे कट्टां तों परेशान हन। इन्हां हड़ प्रभावित पिंडां विच पिछले दो दिनां तों 10-12 घंटे बिजली कट्टी जा रही है अते पहलां ही समस्यावां विच घिरे लोकां दीआं मुश्किलां होर भी वध गईआं हन जिस कारण लोकां विच भारी रोस पाया जा रहा है। उधर दूजे पासे बिजली विभाग दे अधिकारी ने कहा कि NDRF दीआं टीमां नाल ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਨੂੰ ਰੋਕਣ ਲਈ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਸਾਨੂੰ ਤੇ ਮੰਗ ਹੈ ਸਾਨੂੰ ਰਾਸ਼ਨ ਟੱਕਰ ਦਾ ਕੋਈ ਇੱਥੇ ਸਾਦੀ ਲੇਖ ਪੜ ਕੋਈ ਨਹੀਂ ਹੁੰਦੀ ਕੋਈ ਸਮਾਨ ਨਹੀਂ ਆ ਰਿਹਾ ਉਹ ਆਂਦੇ ਇੱਥੇ ਚੱਲਾ ਹੈ ਰਾਮ ਸਿੰਘ ਪਾਣੀ ਖਾਦੀ ਜਾਂਦੇ ਨਾ ਤੇ ਪਿੰਡ ਕੁਛ ਨਹੀਂ ਆਈ ਸਾਦੇ ਮਕਾਨ ਬਾਏ ਗਏ ਤੇ ਕੋਈ ਛੇ ਹਣ ਟੱਕਰ ਨਹੀਂ ਸੁੱਕੀ ਥਾਲ ਖਾਦੀ ਸਾਦੇ ਪਿੰਡ ਦਾ ਨਾ ਹੀ ਨਹੀਂ ਆਦਾ ਰਾਮ ਸਿੰਘ ਪਾਣੀ ਆਇਆ ਦਾ ਸਾਰਿਆਂ ਦੇ ਨਿਆਣੇ 12 ਪਿੰਡ ਦੇ ਸਾਰੇ ਸਹੂਲਤਾਂ ਦੇ ਰਹੇ ਕੋਈ ਵਿਚਾਰਾ ਉਧਰ ਹੁਣ ਸੰਗੜ ਬਣੀ ਹੈ ਕਿ ਦੋ ਦਿਨਾਂ ਪਹਿਲੇ ਲੰਗਰ ਜਾਂਦਾ ਹੈ ਤੇ ਇੱਕ ਦਿਨ ਪਿਛੋਂ ਆਦਾ ਬਹੁਤ ਲੰਗਰ ਹੀ ਨਹੀਂ ਆਦਾ ਇੱਥੇ ਪਿਆ 12 ਪਿੰਡਾਂ ਦਾ ਮਜਬੂਰ ਕੁਛ ਨਹੀਂ ਮਿਲਦਾ ਪਿਆ ਤੇ ਕੋਈ ਸਮਾਨ ਨਹੀਂ ਮਿਲਦਾ ਕੱਚਾ ਰਾਸ਼ਨ ਮਿਲਦਾ ਵੇ ਕੋਈ ਸਬਜ਼ੀ ਨਹੀਂ ਆਦੀ ਉਹਦੇ ਜਾਂਦੇ ਤੋਂ ਆਉਂਦੇ ਨੇ ਤੁਸੀਂ ਚੱਲੋ ਪਿਛੇ ਇੱਧਰ ਕਿ ਲੈਣ ਆਦੇ ਤੇ ਸਾਨੂੰ ਆਉਂਦੇ ਤੇ ਅਸੀਂ ਸਮਾਨ ਨਹੀਂ ਲੈਣਾ ਆਦਾ ਤੇ ਖਾਣਾ ਹੀ ਹੈ ਮੌਰਾ ਸੰਤ ਕਿਵੇਂ ਆਉਂਦੇ ਨੇ ਗੋਲੀ 'ਚ ਮਾਰਨਾ ਸਾਨੂੰ ਇਹ ਪਰੇਸ਼ਾਨੀਆਂ ਨੇ ਸਾਡੀ ਮੰਗ ਇਹ ਰੱਖੀ ਜਾਵੇ ਦੀ ਕਿ ਗਰੀਬ ਘਰ ਹੈਗੇ ਨੇ ਉਹਨਾਂ ਪੈਸਾ ਦਿੱਤਾ ਜਾਵੇਗਾ ਕਿਹਨਾਂ ਦੇ ਡੁੱਬੇ ਫਸਲ ਨੇ ਉਹਨਾਂ ਨੂੰ 50-50 ਹਜ਼ਾਰ ਰੁਪਇਆ ਕਿੱਲੇ ਮੋਰ ਦਿੱਤਾ ਜਾਵੇਗਾ। ਸਰਕਾਰ ਕਹਿ ਰਹੀ ਮੁਆਵਜ਼ਾ ਦੇ ਦਿੱਤਾ ਗਿਆ ਕੁਝ ਕਿਸਾਨਾਂ ਨੂੰ ਕੁਝ ਨਹੀਂ ਟਕਰਾ ਕੋਈ ਸਿਹਤ ਕੋਈ ਪੈਸਾ ਨਹੀਂ ਆਇਆ ਕੋਈ ਰੋਜ਼ਗਾਰ ਨਹੀਂ ਪੈਸੇ ਖਾਤੇ 'ਚ ਪਾਏ ਕਿਸੇ ਦਿਨ ਪਿਆ ਰੋਜ਼ਗਾਰ ਮਰੀਗਾ ਵਾਲੇ ਆ ਕੁਝ ਨਹੀਂ ਸਾਤੇ ਖਾਤੇ 'ਚ ਪੈਸਾ ਕੋਈ ਨਹੀਂ ਆਇਆ ਮੋਦਰ ਕਿਸ ਤਰ੍ਹਾਂ ਗੁਜ਼ਾਰਾ ਹੋ ਆ ਤਾਂ ਗੁਜ਼ਾਰਾ ਗਰੀਬ ਘਰ ਇਹਦੇ ਨਾਲ ਅਕੜ ਪੈਲੀਆਂ ਵਾਲਾ ਸਾਰਾ ਤੇ ਡੁੱਬ ਕੇ ਫਸਲ ਇਹ ਕੀ ਕਰਨ ਵਿਚਾਰੇ ਤੇ ਸਾਦੇ ਡੰਗਰ ਖਾਏ ਨੇ ਭੁੱਖੇ ਖਾਏ ਨੇ ਆਟਾ ਪੀਸ ਵਿੱਚ ਚੱਕੀ ਲਓ ਖਵਾਈ ਆਣੇ ਸੀ ਕੋਈ ਪੱਠੇ ਦੀ ਮੰਗੋ ਤੇ ਪਾਰ ਆਏ ਬਣਾਵਣ ਨਹੀਂ ਦਿੰਦੇ ਗਾ ਤੇ ਸਾਨੂੰ ਪਛਾਣੀ ਹੈਗੀਆਂ ਨੇ ਹੋਰ ਹੁਣ ਕੀ ਕਰੀਏ ਅਸੀਂ ਮੰਗ ਹੈਗੀ ਸਾਦੇ ਖਾਤੇ 'ਚ ਪੈਸੇ ਸਾਰਾ ਦੇ ਪਾਏ ਜਾਵਣ ਦੇ ਗਰੀਬ ਨੂੰ ਦਿੱਤਾ ਜਾਵੇਦਾ ਸਾਹਿਬ ਨੂੰ ਕੱਚਾ ਰਾਸ਼ਨ ਆਉਣਾ ਚਾਹੀਦਾ ਸਾਦਾ ਸਬਜ਼ੀ ਵੀ ਇੱਥੇ ਆਉਣੀ ਚਾਹੀਦੀ ਲੰਗਰ ਵੀ ਆਉਣਾ ਚਾਹੀਦਾ ਲੈਟ ਵੀ ਆਉਣੀ ਚਾਹੀਦੀ ਚਾਹ ਵੀ ਖਾਣੀ ਚੜ੍ਹਨੀ ਚਾਹੀਦੀ ਕੱਟ ਨਹੀਂ ਮਾਰਨਾ ਚਾਹੀਦਾ ਗਰਮੀ ਇੱਥੇ ਸਾਨੂੰ ਫਿਰ ਹੈਗਾ ਲੈ ਚੱਲਣ ਇੱਥੇ ਗੋਲੀ 'ਚ ਮਾਰਨ ਸਾਨੂੰ ਪਾਰ ਵਾਲਿਆਂ ਨੂੰ ਫਿਰ ਅਸੀਂ ਰਹਿਤ ਕੀ ਕਰਨਾ ਆ ਮੇਰੀ ਛੋਟੀ ਭੈਣ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਰੋਈ ਜਾਂਦੀ ਹੈ ਲੈਟ ਵੀ ਨਹੀਂ ਅਜੇ ਨਾ ਰਾਸ਼ਨ ਮਿਲਣਾ ਲੰਗਰ ਆਉਂਦਾ ਉਹ ਚਲਾ ਜਾਂਦਾ ਹੈ ਅਸੀਂ ਮਰਨਾ ਨਾ ਲੈਟ ਹੀ ਨਾ ਖਲਦੇ ਹੈ ਔਰ ਇਹ ਨਿੱਕੀ ਜਿਹੀ ਰੋਂਦੀ ਰਾਤ ਨੂੰ ਇਹਨੂੰ ਨੀਂਦ ਨਹੀਂ ਆਉਂਦੀ ਸਾਨੂੰ ਨਾ ਕੋਈ ਵੀ ਰਾਸ਼ਨ ਨਹੀਂ ਵਗੈਰਾ ਦਿੰਦੇ ਇੱਥੇ ਲੈਟ ਨਹੀਂ ਖਲਦੇ DC ਮੈਮ ਅਤੇ ਉਹ ਆਪ ਕਹੀ ਜਾਂਦੇ ਨੇ ਵੀ ਅਸੀਂ ਤਾਂ ਇੰਨਾ ਕੁਝ ਇਕੱਲੀ ਜਾਂਦੇ ਹਾਂ ਨਾ ਕੋਈ ਇੱਥੇ ਲੈਟ ਆਉਂਦੀ ਹੈ ਨਾ ਕੋਈ ਰਾਸ਼ਨ ਨਾ ਕੋਈ ਸਾਡੀ ਮਤਲਬ ਰੋਟੀ ਪੀਣ ਨੂੰ ਖਾਣ ਅਸੀਂ ਭੁੱਖੇ ਕੋਈ ਡਾਕਟਰ ਆਉਂਦੇ ਨੇ ਡਾਕਟਰ ਵੀ ਸਾਨੂੰ ਦਵਾਈ ਨਹੀਂ ਦਿੰਦੇ ਇੱਕੋ ਦਵਾਈ ਦੇ ਕੇ ਉਹ ਚਲੇ ਜਾਂਦੇ ਨੇ ਇਕੱਲਾ ਕਰਦੇ ਨੇ ਸਾਡੀ ਨਿੱਕੀ ਭੈਣ ਨੂੰ ਨਹੀਂ ਆਉਂਦੀ ਗਲੇ ਖਰਾਬ ਹੋ ਗਏ ਸਾਨੂੰ ਤਾਂ ਲੈਟ ਚਾਹੀਦੀ ਸਾਨੂੰ ਦਵਾਈ ਦਿੱਤੀ ਜਾਵੇ ਤੇ ਖਾਣਾ ਦਿੱਤਾ ਪਰੇਸ਼ਾਨੀਆਂ ਆ ਰਹੀਆਂ ਨੇ ਸਾਡੀ ਲੈਟ ਨਹੀਂ ਆ ਰਹੀ ਬਈ ਉਹਨਾਂ ਨਾਲ ਹੱਕ ਬਣਦਾ ਲੈਟ ਭੇਜਣੀ ਜੋ DC ਮੈਡਮ ਆਈ ਸੀ ਉਹ ਕਹਿੰਦੀ ਕੋਈ ਲੈਟ ਨਹੀਂ ਕੁਛ ਨਹੀਂ ਇਧਰ ਬਾਰਡਰ ਤੇ ਲੈਟ ਭੇਜੋ ਹੀ ਨਾ ਤੇ DC ਮੈਡਮ ਦਾ ਕਹਿਣਾ ਵੀ ਬੱਚੇ ਭਾਵੇਂ ਇੱਥੇ ਪਾਣੀ 'ਚ ਮਰ ਜਾਵਣ ਉਹਨਾਂ ਨੂੰ ਕੋਈ ਇਹੋ ਜਿਹੀ ਕੋਈ ਫਿਕਰ ਕੋ ਨਹੀਂ ਬੱਚਿਆਂ ਦਾ ਜੋ ਬਾਰਡਰ ਵਿੱਚ ਰਹਿੰਦੇ ਨੇ ਉਹਨਾਂ ਨੂੰ ਕੋਈ ਫਿਕਰ ਨਹੀਂ ਵੀ ਜੋ ਬੱਚਿਆਂ ਦੀ ਉਹਨਾਂ ਨੂੰ ਕੋਈ ਫਿਕਰ ਨਹੀਂ ਆਪ ਤਾਂ ਇਹ ਸੀ ਤੇ ਬੈਠੀ ਏ ਤਾਂ ਉਹਨਾਂ ਬਸ ਇਹੋ ਹੀ ਕਹਿ ਦਿੱਤਾ ਏ ਵੀ ਜੋ ਚੰਗਾ ਕਰਨ ਮਾੜਾ ਕਰਨ ਭਾਵੇਂ ਮਰਨ ਜੀਵਨ ਇਹਨਾਂ ਦਾ ਸਾਡਾ ਕੋਈ ਜ਼ਿੰਮਾ ਕੋ ਨਹੀਂ ਜੋ ਲੰਗਰ ਲੱਗਾ ਖੜਾ ਏ ਖਾਣਾ ਬਣਦਾ ਪਿਆ ਉਹ ਸਾਰੇ ਖਾ ਕੇ ਪਿਛੇ ਹੀ ਮੁੜ ਜਾਂਦੇ ਨੇ ਕੋਈ ਸਾਡੇ ਵੱਲੇ ਨਾ ਕੋਈ ਇੱਥੇ ਵੱਡਾ ਆਇਆ ਤੇ ਨਾ ਕੋਈ ਛੋਟਾ ਆਇਆ ਨਾ ਸਾਡਾ ਕਿਸੇ ਪਤਾ ਲਿਆ ਬਸ ਸਾਡਾ ਤਾਂ ਇਹੀ ਕਹਿਣਾ ਏ ਵੀ ਸਾਡੀ ਮਦਦ ਕੀਤੀ ਜੇ ਸਰਕਾਰੀ ਡਾਕਟਰ ਆਉਂਦੇ ਨੇ ਤੇ ਇਹ ਹੀ ਕਹਿੰਦੇ ਨੇ ਇੱਕੋ ਹੀ ਗੋਲੀ ਦਿੰਦੇ ਨੇ ਇੱਕੋ ਹੀ ਸਾਰਿਆਂ ਨੂੰ ਦਵਾਈ ਦਿੰਦੇ ਨੇ ਇੱਕੋ ਹੀ ਗੋਲੀਆਂ ਦੇ ਕੇ ਤੇ ਚਲੇ ਜਾਂਦੇ ਨੇ ਕੋਈ ਸਾਡੇ ਮਨੇ ਕੋਈ ਖਾਣਾ ਨਹੀਂ ਆਉਂਦਾ ਪਿਆ ਨਾ ਕੋਈ ਸੁੱਕਾ ਆਉਂਦਾ ਪਿਆ ਤੇ ਨਾ ਕੋਈ ਗਿੱਲਾ ਰਾਸ਼ਨ ਆਉਂਦਾ ਪਿਆ ਹਾਂਜੀ ਤੇ ਆਹ ਗੋਲੀਆਂ ਹੈਗੀਆਂ ਨੇ ਆਹ ਦੇਖੀਆਂ ਜਾਵਣ ਆਹ ਗੋਲੀਆਂ ਇੱਕੋ ਨਾਲ ਦੀ ਦਿੱਤੀ ਜਾਂਦੀ ਨੇ ਅੱਖਾਂ ਵਾਲੀ ਦਵਾਈ ਵੀ ਇੱਕੋ ਦਿੱਤੀ ਜਾਂਦੀ ਹੈ ਬਿਮਾਰੀਆਂ ਵੀ ਇੱਕ ਵਾਰ ਸੁਵੰਨੀਆਂ ਚੱਲ ਗਈਆਂ ਨੇ ਤੇ ਆਹ ਸਾਨੂੰ ਦਿੱਤੀ ਜਾਂਦੀ ਦਵਾਈ ਗੰਦੀ ਕਿਸ ਕਿਸ ਤਰ੍ਹਾਂ ਦੀ ਬਿਮਾਰੀਆਂ ਹੋ ਰਹੀਆਂ ਇੱਥੇ ਬਿਮਾਰੀਆਂ ਹੋ ਰਹੀਆਂ ਨੇ ਬਈ ਇੱਕ ਤਾਂ ਸਾਹ ਦੀ ਪ੍ਰੋਬਲਮ ਹੈਗੀ ਹੈ ਇਹ ਅੱਖਾਂ ਦੀ ਪ੍ਰੋਬਲਮ ਬੁਖਾਰ ਦੀ ਪ੍ਰੋਬਲਮ ਹੈਗੀ ਹੈ ਤੇ ਗਲੇ ਦੀ ਪ੍ਰੋਬਲਮ ਹੈ ਕੋਈ ਸਾਡੀ ਦੇਖਭਾਲ ਨਹੀਂ ਕੋਈ ਕਰ ਰਿਹਾ ਕੋਈ ਰਾਸ਼ਨ ਵਗੈਰਾ ਕੁਛ ਨਹੀਂ ਅਸੀਂ ਆਪਦੇ ਘਰੋਂ ਹੀ ਖਾਂਦੇ ਪਏ ਇਹ ਖਾਣਾ ਬਣਾ ਕੇ ਉਹ ਠੰਡੀਆਂ ਵਿੱਚੋਂ ਆਏ ਨੇ ਕੋਈ ਸਰਕਾਰ ਵੱਲੋਂ ਸਾਨੂੰ ਕੋਈ ਨਹੀਂ ਪਿੰਡਾਂ ਵਾਲੇ ਹੈਲਪ ਕੀਤੀ ਏ ਨਹੀਂ ਆਇਆ ਸਰਕਾਰ ਵੱਲੋਂ ਨਹੀਂ ਆਇਆ ਸਾਨੂੰ ਪਤਾ ਲੱਗ ਗਿਆ ਅਸੀਂ ਬੰਨ ਤੇ ਹੈਗੇ ਸਾਡੇ ਬੰਦੇ ਬੰਨ ਤੇ ਸੀ ਉਹਨਾਂ ਕਿਹਾ ਇਹ ਕਹਿੰਦੇ ਲਾਈਟ ਨਹੀਂ ਆਈ ਉਹ ਆਏ ਰਹੇ ਨੇ ਤੇ ਕਹਿੰਦੇ ਲੈ ਕੁੜੀ ਨੂੰ ਲਾਈਟ ਲੱਗੀ ਕਹਿੰਦੇ ਪਾਣਾ ਬਣ ਗਿਆ ਕੁੜੀ ਨੂੰ ਲਾਈਟ ਲੱਗੀ ਏ ਉਹ ਨਹੀਂ ਦੇਰ ਕੱਟਣਾ ਕਿਉਂ ਸਾਨੂੰ ਮਾਰੀ ਖੜੇ ਨੇ ਗਰਮੀ ਵਿੱਚ ਹੁਣ ਸਵੇਰ ਦੇ 9 ਵਜੇ ਤਾਂ ਕੱਟ ਲੱਗਾ ਵੇ ਤੇ ਹੁਣ ਆਈ ਨਹੀਂ ਹਾਲੇ ਵੀ ਨਹੀਂ ਆਈ ਲਾਈਟ ਆਹ ਗੁੜੀਆ ਸੀ ਸਾਡੀ ਆ ਇਹ ਬਹੁਤ ਘਬਰਾ ਗਈ ਅੱਜ ਉਹਨੂੰ ਲੈ ਕੇ ਇਸ ਦਵਾਈ ਦਵਾਉਣ ਗਏ ਹਾਂ
उन्होंने पता को नहीं है भी लाइट भेजनी कि नहीं भेजनी, उन्होंने की किया जाए। हाँ गर्मी करके घबरा गई सी, गर्मी करके चक्कर आए सी, ये डिग पई है। बाकी भैणा को पूछा जावे, इन्हों को भी तुसी पूछ सकते ने भी झूठ है कि ये पिंड का सच है। अज 3 दिन हो गए ने। परेशानियां बहुत आ रही ने, खास करके जिहड़ा राम सिंह पैणी पिंड, इहनू तां पता ही नहीं लगता वी किहड़े पिंड दा एरिया हैगा, ना पता लगता फाजिलका च, ना लगता पता लगता पाकिस्तान च। ते जिहड़े लोग अफसर आ रहे ने उह कहिंदे ने कि इस पिंड च तां पाणी आया नहीं, कुछ नहीं होया। ते पहली गल साडे पिंड च आ के देखण, उहनां नूं पता लगता कि वाकई पाणी आया जां नहीं आया। ते उत्थे बन ते बह गल्लां मारी जांदे ने, कावां वाली पत्तन करी जांदे ने, पता उन्होंने है नहीं। जो तो कहने सानू राम सिंह पैणी छड़ के आओ पुलते, कहते कि राम सिंह पैणी, उन्होंने इन्ना पता ही नहीं जी असं पुलते खड़े हैं, वो राम सिंह पैणी का ही पुल है। तो जे कावाली पत्तन ना लें तो फिर 5 किलोमीटर पिछे चले जाने, उत्ते कावाली पत्तन है, उत्थे जाण। तो पुट्टे सीधे बोलते हैं जे कह दी सू छड़ के आओ बेड़ी, तो जे किमें कहते ना ना साडा टाइम है नहीं। हुण तुसीं देखिया वीडियो चो सार ने आ न्यूज़ लाई है किवें पिंड दे लोग जान हाथ ते रख के पट्ठे लै के आए। तो कोई तो समाज से भी बेचारे आ रहे ने दूरों दूरों सेवा करन, पर सरकार वालों कुछ हेल्प नहीं की जा रही। जेड़े सरकारी बंदे आप ही खा जाते पैसे। तो भगवंत मान कहिंदा मैं इन्ने पैसे भेजते, 8 करोड़ भेज, 10 करोड़ भेजता, पर जनता आम तक कुछ नहीं पहुँचा। जेड़े वड्डे मंत्री ने आप ही खाधी जाते पैसे। लाइट की प्रॉब्लम बहुत आ रही इतने, ते छोटे छोटे बच्चे बीमार हो जाते ने, ते इस कच्चे राशन की कमी है, ना अखा की दवाई, अखा की प्रॉब्लम बहुत आ रही है। सरकार वालों प्रशासन वालों दावा किया जा रहा है भी सारी सहूलत पहुंच रही है, दवाई भी पहुंच रही है, सब कुछ पहुंच रहा है, पहुंची नहीं तुहाडे कोल दवाई? ना जी कुछ नहीं पहुंचा सर, दावे झूठे। साडा जेडे 10-12 पिंड लगते आ, साडे पिंडां वालों इलैक्शन दा बाईकाट है, ना तो इत्थे कोई बाद च असीं मंत्री आउण देना, ना कुछ। लाइट दी कल दी आ रही है जी, वजह NDRF वाले कहिंदे सानूं करंट लगन दा खतरा है, इसलिए। पर क्योंकि 2 पिंडां च तकरीबन लाइट चल रही सी, क्योंकि ज़्यादातर पिंडां च असलों मतलब खाली पिंड हो चुके हैं, 2 पिंड च कुछ लोग हैगे ने, ते ओह बहुत दुखी ने सारे। बुजुर्ग लोग सारे बैठे, बच्चे तो भेजते उधर ज्यादातर, हुण छोटे छोटे बच्चे तुसी देख ही रहो, ते बहुत ही परेशानी आ रही है। सड़कां तां तकरीबन सारियां टुट चुकियां ने, ते पानी तां जो कटिया उदू भी पता लगेगा, क्योंकि इस तो जाके देखे नहीं हूँ, तो रस्ते बंद ने, सारा कनैक्शन ने, फाइल कदम टुटिया पै जा नहीं सकते, तो पिंडा का कनैक्शन टुटिया पै। और हम भगवंत मान तो बड़िया खबर दे रहे, मैं वह करता इन उन्हें आ गेड़ा भी नहीं मारिया कि पिंड के लोग जींदे के मार गए ने। यह लगाया रहे जी, SDM वालों रोकया गया जी, बोर्ड चल रही ने पानी में, वो अगे तारा कितने नीवियां ने या कि कोई 1-2 हादसे भी हो चुके ने, उनके कारण उन्हें बंद करा दिता जी। अफसर चालू कर देंगे। संकेत मिलता रहे, दबाओ बैल आइकन, लाइक करो फेसबुक पेज कांशी TV।